ਹਾਂਜੀ ਮਾਲਵਾ ਬੈਡਲ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਤੇ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੋ ਅੱਜ ਦੀ ਵੀਡੀਓ ਵਿੱਚ ਦੱਸਾਂਗੇ ਵੀ ਕਿਹੜੇ-ਕਿਹੜੇ ਬੱਚੇ ਫਿਜ਼ੀਕਲ ਟ్రਾਇਲ ਦੀ ਜਿਹੜੀ ਤਿਆਰੀ ਕਰਨੀ ਸ਼ੁਰੂ ਕਰ ਦੇਣ ਕਿਉਂਕਿ ਮੈਨੂੰ ਵੀ ਪਤਾ ਹੈ ਵੀ ਜਿਆਦਾ ਆਪਣੀ ਫਿਜ਼ੀਕਲ ਟ్రਾਇਲ ਦੀ ਤਿਆਰੀ ਇੰਪੋਰਟੈਂਟ ਹੈ ਜਿਹੜੀ ਆਪਣੀ ਆਪਣੇ ਪੇਪਰ ਦੀ ਤਿਆਰੀ ਤਾਂ ਤੁਸੀਂ ਕਰ ਲਈ ਸੀ ਸਬ ਇੰਸਪੈਕਟਰ ਤੇ ਕਨਸਟੇਬਲ ਦੀ ਜਾਂ ਫਿਰ ਜਿਹੜੇ ਬੱਚੇ ਹਜੇ ਕਰ ਰਹੇ ਨੇ ਕਨਸਟੇਬਲ ਦਾ ਐਗਜ਼ਾਮ ਜਿਨ੍ਹਾਂ ਦਾ ਨਹੀਂ ਹੋਇਆ ਉਹਨਾਂ ਸਾਰੇ ਬੱਚਿਆਂ ਨੂੰ ਮੈਂ ਬੇਨਤੀ ਜਿਹੜੀ ਕਰਦਾ ਹੱਥ ਜੋੜ ਕੇ ਕਿ ਹੁਣ ਪੇਪਰ ਦੇ ਚੁੱਕੇ ਨੇ ਉਹਨਾਂ ਲਈ ਖਾਸ ਕਰਕੇ ਵੀਡੀਓ ਪੂਰੀ ਨੂੰ ਵੇਖਿਓ ਠੀਕ ਹੈ ਵੀਡੀਓ ਨੂੰ ਤੁਹਾਡੇ ਲਈ ਇੰਪੋਰਟੈਂਟ ਇਨਫੋਰਮੇਸ਼ਨ ਹੈ ਵੀਡੀਓ ਨੂੰ ਲਾਈਕ ਕਰਿਓ ਤੇ ਕਮੈਂਟ ਸੈਕਸ਼ਨ ਵਿੱਚ ਲਵ ਪੰਜਾਬ ਪੁਲਿਸ ਜਰੂਰ ਲਿਖਿਆ ਕਰੋ ਤਾਂ ਕਿ ਤੁਹਾਨੂੰ ਇੱਕ ਅੰਦਰੋਂ ਭਾਵਨਾ ਇਕੱਠੀ ਹੋਵੇ ਪੰਜਾਬ ਪੁਲਿਸ ਦੀ ਵਰਦੀ ਰਿਲੇਟਡ ਤੇ ਪੰਜਾਬ ਪੁਲਿਸ ਦੇ ਡਿਪਾਰਟਮੈਂਟ ਰਿਲੇਟਡ ਠੀਕ ਹੈ ਦੋਸਤੋ ਹੁਣ ਦੇਖੋ ਤੁਹਾਡੀ ਜਿਹੜੀ ਪੰਜਾਬ ਪੁਲਿਸ ਦਾ ਐਗਜ਼ਾਮ ਤੁਹਾਡਾ ਹੋ ਚੁੱਕਾ ਹੈ ਸਬ ਇੰਸਪੈਕਟਰ ਦਾ ਤੇ ਕਨਸਟੇਬਲ ਦਾ ਤੁਹਾਡਾ ਹੋ ਜਾਣਾ ਹੈ 15 ਸਤੰਬਰ ਤੱਕ ਸਾਰੇ ਕੰਪਲੀਟ ਹੋ ਜਾਣੇ ਆ ਤੁਸੀਂ ਉਹਨਾਂ ਰਿਜ਼ਲਟ ਨੂੰ ਇੱਕ ਪਾਸੇ ਰੱਖ ਦਿਓ ਕਿਉਂਕਿ ਆਪਾਂ ਕੰਪਿਊਟਰ ਦੇ ਤੇ ਜਦੋਂ ਆਪਾਂ ਪੇਪਰ ਕਰਦੇ ਨਾ ਆਪਾਂ ਨੂੰ ਇਦਾਂ ਹੀ ਲੱਗਦਾ ਸਾਡੇ 10 ਕ ਕੁਐਸਚਨ ਸਹੀ ਹੋਣਗੇ ਬ ਉਹਨੂੰ ਇਦਾਂ ਹੀ ਫੀਲ ਹੁੰਦਾ ਬਟ ਜਦੋਂ ਰਿਜ਼ਲਟ ਆਂਦਾ ਹੈ ਉਸ ਤੋਂ ਤੁਹਾਨੂੰ ਪਤਾ ਚੱਲਦਾ ਵੀ ਸਾਡੇ ਤਾਂ 100 ਦੇ ਵਿੱਚੋਂ 75 ਨੰਬਰ ਨੇ 80 ਨੰਬਰ ਨੇ ਸਾਡੇ ਕਹਿੰਦਾ ਪਾ 100 ਦੇ ਵਿੱਚੋਂ 90 ਨੰਬਰ ਨੇ ਇਸ ਦਾ ਕਾਰਨ ਕਿ ਬੱਚੇ ਉਸ ਟਾਈਮ ਤੁਸੀਂ ਇੱਕ ਕੁਐਸਚਨ ਤੇ ਸਿਰਫ ਇੱਕ ਵਾਰੀ ਨਿਗਾਹ ਰੱਖਦੇ ਹੋ ਮਤਲਬ ਕਹਿੰਦਾ ਪਾ ਐ ਨਹੀਂ ਗਾ ਵੀ ਤੁਸੀਂ ਜਿਵੇਂ ਪੇਪਰ ਦੇ ਉੱਤੇ ਦਿਨੇ ਹੋ ਤੁਹਾਡੇ ਕਿੰਨੇ ਕੁਐਸਚਨਾਂ ਦੇ ਉੱਤੇ ਅੱਖ ਹੁੰਦੀ ਹੈ ਤੁਹਾਨੂੰ ਆਏ ਹੁੰਦਾ ਆ ਵੀ ਮੈਨੂੰ ਆਂਦਾ ਉਹ ਵੀ ਮੈਨੂੰ ਆਂਦਾ ਕੰਪਿਊਟਰ ਦੇ ਉੱਤੇ ਤੁਹਾਡੇ ਕੁਐਸਚਨ ਆਈ ਜਾਂਦੇ ਲਗਾਤਾਰ ਤੁਸੀਂ ਕਰੀ ਜਾਂਦੇ ਹੋ ਤੁਹਾਨੂੰ ਇਦਾਂ ਹੁੰਦਾ ਵੀ ਉਹ ਗਲਤ ਹੋ ਗਿਆ ਆ ਸਹੀ ਹੋ ਗਿਆ ਇਦਾਂ ਤੁਹ ਤੁਹਾਡਾ ਫਿਰ ਟ్రਾਇਲ ਸ਼ੁਰੂ ਹੋ ਜਾਣੇ ਆ ਹੁਣ ਦੋਸਤੋ ਜਿਹੜੇ ਮੇਰੇ ਭੈਣ ਭਰਾਵਾਂ ਨੇ 5 6 ਮਹੀਨੇ ਕੋਈ ਰਨਿੰਗ ਨਹੀਂ ਕੀਤੀ ਸਿਰਫ ਪੇਪਰ ਦੀ ਤਿਆਰੀ ਕੀਤੀ ਉਹਨਾਂ ਲਈ ਤਾਂ ਕਾਫੀ ਔਖਾ ਹੋਵੇਗਾ ਜਦੋਂ ਤੁਸੀਂ ਫਿਜ਼ੀਕਲ ਟ్రਾਇਲ ਕਰਨ ਜਾਉਂਗੇ ਪਹਿਲਾਂ ਤਾਂ ਤੁਹਾਡੀ 600 ਮੀਟਰ ਦੀ ਰੇਸ 1600 ਮੀਟਰ ਦੀ ਰੇਸ ਸੌਰੀ ਤੇ ਉਦੋਂ 1200 ਮੀਟਰ ਦੀ ਭੈਣਾਂ ਦੀ ਹੋਊਗੀ ਰੇਸ ਹਨਾ ਜੀ ਤੇ ਆਪਾਂ ਜਦੋਂ ਟ్రਾਇਲ ਦੇ ਤੁਸੀਂ ਕਰਨ ਜਾਉਂਗੇ 33 ਧੁੱਪ ਦੇ ਵਿੱਚ ਤੁਹਾਨੂੰ ਭਜਾਣਗੇ ਉੱਥੇ ਹੀ ਤੁਹਾਡੀ ਲੌਂਗ ਜੰਪ ਤੇ ਹਾਈ ਜੰਪ ਹੋਵੇਗੀ ਤੇ ਹੋਰ ਵੀ ਕਾਫੀ ਚੀਜ਼ਾਂ ਚੈੱਕ ਕਰਦੇ ਆ ਜਿਵੇਂ ਕਿ ਕੱਦ ਕਾਠ ਹੋ ਗਿਆ ਤੁਹਾਡਾ ਪ੍ਰੋ ਸੋ ਜਿਹੜੇ ਮੇਰੇ ਭੈਣ ਭਰਾਵਾਂ ਨੇ ਹਜੇ ਤੱਕ ਫਿਜ਼ੀਕਲ ਟ੍ਰਾਇਲ ਦੀ ਤਿਆਰੀ ਨਹੀਂ ਸ਼ੁਰੂ ਕੀਤੀ ਤਾਂ ਹੱਥ ਜੋੜ ਕੇ ਬੇਨਤੀ ਹੈ ਕਰਨੀ ਸ਼ੁਰੂ ਕਰ ਦਵੋ ਕਿਉਂਕਿ ਦੁਪਹਿਰ ਦਾ ਸਮਾਂ ਹੁੰਦਾ ਹੈ ਉੱਪਰ ਤਾਂ ਹੁਣ ਇਦੋਂ ਵੀ ਜ਼ਿਆਦਾ ਹੋਣ ਲੱਗ ਗਈ ਤੇ ਜਿਹੜੀ ਗਰਮੀ ਦੇ ਵਿੱਚ ਨਾ ਤੁਹਾਡੇ ਤੋਂ ਭੱਜਿਆ ਜਾਣਾ ਖਾਲੀ ਪੇਟ ਹੋਣਿਆ ਤੁਹਾਡੇ ਕਿਉਂਕਿ ਉੱਥੇ ਪੁਲਿਸ ਵਾਲੇ ਵੀ ਜਿਹੜੇ ਅਫਸਰ ਖੜੇ ਹੁੰਦੇ ਉਹ ਵੀ ਕਹਿੰਦੇ ਕੁਝ ਖਾਣਾ ਨਹੀਂ ਨਹੀਂ ਤਾਂ ਤੁਹਾਨੂੰ ਅੰਦਰੋਂ ਗਰਮੀ ਚੜ੍ਹੇਗੀ ਤੇ ਤੁਹਾਡੇ ਤੋਂ ਭੱਜਿਆ ਨਹੀਂ ਜਾਵੇਗਾ ਠੀਕ ਹੈ ਰੋਟੀ ਦੀ ਗਰਮੀ ਜਿਹੜੀ ਤੁਹਾਨੂੰ ਅੰਦਰੋਂ ਤੰਗ ਕਰੇਗੀ ਸੋ ਇਸੇ ਕਰਕੇ ਤੁਸੀਂ ਪੈਣ ਪ੍ਰਵੋ ਅੱਜ ਤੋਂ ਹੀ ਸ਼ੁਰੂ ਕਰ ਦਵੋ ਜਿਨ੍ਹਾਂ ਨੇ ਨਹੀਂ ਸ਼ੁਰੂ ਕੀਤੀ ਕਿਉਂਕਿ ਰਿਜ਼ਲਟ ਇੱਕ ਪਤਾ ਨਹੀਂ ਕਦੋਂ ਆਪਣੀ ਪਰਸੈਂਟੇਜ ਲੋਵ ਜਾਵੜੇ ਤੇ ਤੁਹਾਡੇ ਸਾਰਿਆਂ ਦੇ ਨੰਬਰ ਕੁਆਲੀਫਾਈ ਲਿਸਟ ਦੇ ਵਿੱਚ ਆ ਜਾਣ ਤੇ ਤੁਹਾਨੂੰ ਫਿਰ ਉੱਥੇ ਟ్రਾਇਲ ਦੇਣ ਗੱਲ ਜਦੋਂ ਤੁਸੀਂ ਹੁਣ ਜਾਣਦੇ ਹੋ ਤਿੰਨ ਟਾਈਮ ਰਨਿੰਗ ਕਰਨ ਦੀ ਕੋਸ਼ਿਸ਼ ਕਰਿਆ ਕਰੋ ਇੱਕ ਤਾਂ ਸਵੇਰ ਦੇ ਟਾਈਮ ਸਵੇਰ ਦੇ ਟਾਈਮ ਨੋਰਮਲ ਰਨਿੰਗ ਕਰਿਆ ਕਰੋ ਦੁਪਹਿਰ ਦੇ ਟਾਈਮ ਜਿਹੜਾ ਤੁਸੀਂ ਆਪਣਾ ਟਾਈਮਿੰਗ ਕੱਢਿਆ ਕਰੋ ਕਿਉਂਕਿ ਦੁਪਹਿਰ ਦੇ ਟਾਈਮ ਹੀ ਤੁਹਾਡੀ ਰੇਸ ਹੋਣੀ ਹੈ ਬਾਕੀ ਸ਼ਾਮ ਦੇ ਟਾਈਮ ਜੇਕਰ ਤੁਹਾਡੇ ਟ్రਾਇਲ ਹੋਏ ਤਾਂ ਫਿਰ ਤਾਂ ਕਾਫੀ ਵਧੀਆ ਹੈ ਕਿਉਂਕਿ ਉਦੋਂ ਜ਼ਿਆਦਾ ਧੁੱਪ ਦਾ ਮਤਲਬ ਕਹਿੰਦਾ ਪਾ ਉਹ ਕਹਿਰ ਨਹੀਂ ਹੁੰਦਾ ਤੇ ਦੂਸਰੀ ਗੱਲ ਹੈ ਤੁਹਾਡੀ ਲੌਂਗ ਜੰਪ ਹਾਈ ਜੰਪ ਜਿਹੜੀ ਵਧੀਆ ਨਿਕਲ ਜਾਂਦੇ ਆ ਤੁਸੀਂ ਤਿੰਨੇ ਚੀਜ਼ਾਂ ਇੱਕੋ ਇੱਕੋ ਸਮੇਂ ਕਰਕੇ ਵੇਖਿਆ ਕਰੋ ਇਸ ਦਾ ਕਾਰਨ ਕੀ ਹੈ ਕਿਉਂਕਿ ਉਸ ਟਾਈਮ ਵੀ ਤੁਹਾਨੂੰ ਥੱਕੇ Yeah. <laughs> ਤਾਂ ਉਹ ਬੱਚਾ ਡਿਸਕਵਾਲਿਫਾਈ ਹੋ ਜਾਵੇਗਾ ਤੇ ਤੁਹਾਡੇ ਵਰਗੇ ਕਾਫੀ ਪੈਣਪਰਾ ਜਿਹੜੇ ਐਥਲੀਟ ਹੋਣਗੇ ਤੇ ਕਾਫੀ ਕਹਿੰਦਾ ਪਾਬ ਆਰਮੀ ਦੀ ਵੀ ਤਿਆਰੀ ਕਰ ਰਹੇ ਹੋਣਗੇ ਜਿਸ ਕਰਕੇ ਉਹਨਾਂ ਨੂੰ ਤੁਸੀਂ ਕਦੇ ਹਰਾ ਨਹੀਂ ਸਕਦੇ ਜੇ ਤੁਸੀਂ ਨਾਰਮਲ ਜੇ ਘਰ ਤੋਂ ਬਿਲੋਂਗ ਕਰਦੇ ਹੋ ਜਿਨ੍ਹਾਂ ਮੇਰੇ ਪੈਣਪਰਾਵਾਂ ਨੇ ਕਦੇ ਮੂੰਹ ਵੀ ਨਹੀਂ ਵੇਖਿਆ ਸਟੇਡੀਅਮ ਦਾ ਤੇ ਉਹ 2 ਮਿੰਟ ਜਿਹੜੀ ਟ్రਾਇਲ ਕਰਨ ਆਏ ਆ ਸੋ ਇਸੇ ਕਰਕੇ ਆਪਣੇ 3 ਗੁਣਾ ਜਾਂ 4 ਗੁਣਾ ਉਹ ਬੱਚਿਆਂ ਨੂੰ ਸਿਲੈਕਟ ਕਰਦੇ ਆ ਜਦੋਂ ਕਿਸੇ ਵੀ ਭਰਤੀ ਵਿੱਚ ਲੈ ਕੇ ਜਾਣਾ ਹੁੰਦਾ ਇਸ ਕਰਕੇ ਐਥਕੀ ਤਾਂ ਕਨਸਟੇਬਲ ਦਾ ਪੇਪਰ ਵੀ ਬਹੁਤ ਅਲੱਗ ਜਾ ਹੋਇਆ ਹੈ ਕਾਫੀ ਔਖਾ ਜਾ ਆਇਆ ਜਿਸ ਕਰਕੇ ਬੱਚੇ ਤਾਂ ਮ ਤੋਂ ਪਿਛਲੀ ਵੀਡੀਓ ਵਿੱਚ ਮੈਂ ਦੱਸਿਆ ਹੀ ਹੈ ਕਿ ਕਿੰਨੀ ਕ ਹੱਦ ਤੱਕ ਆਪਣੀ ਪਰਸੈਂਟੇਜ ਆਵੇਗੀ ਜਿਸ ਦੇ ਉੱਤੇ ਲਿਖਿਆ ਐਕਸਪੈਕਟਿਡ ਕੱਟਆਫ ਕਿੰਨੀ ਜਾ ਸਕਦੀ ਹੈ ਨਰਮਲਾਈਜੇਸ਼ਨ ਤੋਂ ਬਾਅਦ ਤੁਸੀਂ ਇੱਕ ਵਾਰੀ ਜ਼ਰੂਰ ਚੈੱਕ ਕਰਿਓ ਠੀਕ ਹੈ ਦੂਸਰੀ ਗੱਲ ਹੈ ਦੋਸਤੋ ਵੀ ਹੁਣ ਜੇ ਤੁਸੀਂ ਘਰੇ ਬੈਠ ਗਏ ਇਹ ਸੋਚ ਲਿਆ ਵੀ ਸਾਡਾ ਪੇਪਰ ਮਾਰਾ ਗਿਆ ਤਾਂ ਪਲੀਜ਼ ਇਹ ਬਿਲਕੁਲ ਨੈਗੇਟਿਵ ਗੱਲ ਹੈ ਤੁਹਾਡੇ ਲਈ ਤੁਸੀਂ ਜੇ ਅੱਜ ਤੋਂ ਫਿਜ਼ੀਕਲ ਟ੍ਰੈਲ ਦੀ ਵੀ ਤਿਆਰੀ ਕਰੋਗੇ ਨਾ ਤੁਹਾਡਾ ਕੱਲਾ ਬਾਡੀ ਨਹੀਂ ਡਵੈਲਪ ਹੋਏਗੀ ਤੁਹਾਡਾ ਮਾਈਂਡ ਵੀ ਸ਼ਾਰਪ ਹੋਵੇਗਾ ਕੀ ਪਤਾ ਤੁਸੀਂ ਇਸ ਸਾਲ ਨਾ ਕਰੈਕ ਕਰ ਪਾਓ ਅਗਲੇ ਸਾਲ ਤੁਸੀਂ ਫਿਜ਼ੀਕਲੀ ਵੀ ਫਿਟ ਹੋਵੋਗੇ ਤੇ ਮੈਂਟਲੀ ਤਾਂ ਸ਼ਾਰਪ ਆਪਣੇ ਆਪ ਹੋ ਜਾਊਗੇ ਕਿਉਂਕਿ ਤੁਹਾਨੂੰ ਲੋਡ ਨਹੀਂ ਪੈਣੀ ਕਹਿੰਦਾ ਪਾਓ ਜਿਹੜਾ ਬੰਦਾ ਆਲਸੀ ਹੁੰਦਾ ਉਹ ਮੋਟਾਪੇ ਦਾ ਘਰ ਹੁੰਦਾ ਜੇ ਤੁਸੀਂ ਆਲਸੀ ਹੋਗੇ ਮੋਟਾਪੇ ਦਾ ਕਾਰੋਂਗੇ ਤੁਹਾਡੇ ਤੋਂ ਪੜਿਆ ਵੀ ਨਹੀਂ ਜਾਣਾ ਤੁਹਾਨੂੰ ਨੀਂਦ ਆਈ ਜਾਵੇਗੀ ਤੁਹਾਡੇ ਤੋਂ ਹੋਰ ਕਿਤਾਬਾਂ ਪੜੀਆਂ ਨਹੀਂ ਜਾਣੀਆਂ ਠੀਕ ਹੈ ਇਸੇ ਕਰਕੇ ਕਹਿੰਨਾ ਤੁਸੀਂ ਜੀ ਅਗਰ ਫਿਜ਼ੀਕਲੀ ਫਿਟ ਰਹੋਗੇ ਤੁਸੀਂ ਭਾਵੇਂ 10 ਵਾਰ ਭਰਤੀ ਕੱਢ ਦੋ 10 ਵਾਰ ਪੀਪਰ ਕੱਢ ਸਕੂਗੀ ਠੀਕ ਹੈ ਸੋ ਇਸੇ ਕਰਕੇ ਤੁਸੀਂ ਹੁਣ ਕੀ ਕਰਨਾ ਆਪਣੇ ਗਰਾਉਂਡਾਂ ਵਿੱਚ ਉਤਰਨਾ ਠੀਕ ਹੈ ਜੀ ਘਟ ਘਟ ਤੋਂ ਘਟ ਤੁਸੀਂ ਪਹਿਲਾਂ ਸਲੋ ਪੀਸ ਤੇ ਰਨਿੰਗ ਲਾਣੀ ਸ਼ੁਰੂ ਕਰੋ ਸਟੈਮੀਨਾ ਬਣਾਓ ਫਿਰ ਉਸ ਤੋਂ ਬਾਅਦ ਸਪ੍ਰਿੰਟਾਂ ਲਾਣੀਆਂ ਸ਼ੁਰੂ ਕਰਿਓ ਐਨਾ ਹੋਵੇ ਕਿ ਤੇ ਤੁਸੀਂ ਪਹਿਲੇ ਦਿਨਾਂ ਤੋਂ ਹੀ ਸਪ੍ਰਿੰਟਾਂ ਲਾਣੀਆਂ ਸ਼ੁਰੂ ਕਰ ਦੋ ਕਿਉਂਕਿ ਅੱਜ ਕੱਲ ਸਿਨ ਪੇਨ ਬਹੁਤ ਹੁੰਦਾ ਬੱਚਿਆਂ ਦੇ ਪੈਰਾਂ ਦੇ ਵਿੱਚ ਜਦੋਂ ਰਨਿੰਗ ਕਰਦੇ ਕਿਉਂਕਿ ਕਾਫੀ ਸਮੇਂ ਤੋਂ ਉਹਨਾਂ ਨੇ ਰਨਿੰਗ ਨਹੀਂ ਕੀਤੀ ਹੁੰਦੀ ਜਿਸ ਕਰਕੇ ਉਹਨਾਂ ਨੂੰ ਮੁਸ਼ਕਿਲ ਆਂਦੀ ਹੈ ਹੁਣ ਦੂਸਰੀ ਗੱਲ ਤੁ ਪੈਂਪਰਾਵਾਂ ਨੇ ਹੁਣ ਪੇਪਰ ਦੇਣੀ ਹੈ ਜਿਨ੍ਹਾਂ ਨੂੰ ਹਜੇ ਤੱਕ ਨੋਟੀਫਿਕੇਸ਼ਨ ਨਹੀਂ ਆਇਆ ਤੇ ਤੀਸਰੀ ਗੱਲ ਦੋਸਤੋ ਜਿਵੇਂ ਆਪਣੇ ਸਬ ਇਨਸਪੈਕਟਰ ਦੇ ਵਿੱਚ ਦੇਖੋ ਓਬਜੈਕਸ਼ਨ ਦਾ ਲਿੰਕ ਆਇਆ ਸੀ ਓਬਜੈਕਸ਼ਨ ਵਿੰਡੋ ਲਾਈਵ ਡੇਟ 3 ਅਗਸਤ ਤੋਂ ਲੈ ਕੇ 5 ਅਗਸਤ ਤੱਕ ਆਇਆ ਸੀ ਤੇ ਜਿਹੜੇ ਮੇਰੇ ਭੈਣ ਭਰਾਵਾਂ ਦੇ ਇਸ ਦੇ ਵਿੱਚ ਓਬਜੈਕਸ਼ਨ ਸੀ ਉਹ ਵੀ ਕਲੀਅਰ ਹੋਊਗੀ ਤੇ ਨਾਲੇ ਜਿਹੜੇ ਹੋਰ ਭੈਣ ਭਰਾਵਾਂ ਨੇ ਪਾਈ ਸੀ ਓਬਜੈਕਸ਼ਨ ਉਸ ਦੇ ਅਕੋਰਡਿੰਗ ਤੁਹਾਡੇ ਨੰਬਰ ਵੱਧ ਸਕਦੇ ਆ ਤੇ ਤੁਹਾਡਾ ਨਾਮ ਵੀ ਆ ਸਕਦਾ ਕੁਆਲੀਫਾਈ ਲਿਸਟ ਸੋ ਘਬਰਾਣਾ ਨਹੀਂ ਇਸੇ ਕਰਕੇ ਮੈਂ ਕਹਿਣਾ ਹੁਣ ਤੁਹਾਡੀ ਜਿਹੜੀ ਮੇਨ ਹੁਣ ਇਹਦੀ ਕਦੋਂ ਤੁਹਾਡੇ ਐਗਜ਼ਾਮ ਖਤਮ ਹੋ ਗਏ ਤਾਂ ਤੁਹਾਨੂੰ ਆਹ ਮੋਕ ਲਿੰਕ ਦੇ ਉੱਤੇ ਹੀ ਤੁਹਾਡਾ ਅਬਜੈਕਸ਼ਨ ਵਿੰਡੋ ਕੀ ਖੁੱਲੇਗੀ ਜਿਸ ਦੇ ਵਿੱਚ ਤੁਸੀਂ ਕੀ ਕਰ ਚੈੱਕ ਕਰਨਾ ਇੱਕ ਤਾਂ ਆਪ ਦੇ ਕੁਐਸਚਨ ਦੇ ਤੁਹਾਡੇ ਦੀ ਉਸੇ ਰਿਸਪਾਂਸ ਦੇ ਕੇ ਆਏ ਹੋ ਪੇਪਰ ਦੇ ਵਿੱਚ ਉਹ ਲਿਖੇ ਹੋਣਗੇ ਤੇ ਸਾਹਮਣੇ ਜਿਹੜਾ ਹੈਗਾ TCS ডিপਾਰਟਮੈਂਟ ਵੱਲੋਂ ਜਿਹੜੇ ਸਹੀ ਅਨਸਰ ਲਗਾਏ ਹੋਣਗੇ ਉਹ ਲਿਖੇ ਹੋਣਗੇ ਉਸ ਦੋਵਾਂ ਚੀਜ਼ਾਂ ਨੂੰ ਕੰਪੇਅਰ ਕਰਕੇ ਤੁਹਾਡੇ ਨੰਬਰ ਪਤਾ ਲੱਗਣਗੇ ਸੋ ਇਹ ਰਿਜ਼ਲਟ ਪਤਾ ਨਹੀਂ ਕਦੋਂ ਆਵੇ ਤੇ ਕੀ ਬਤਾ ਤੁਹਾਨੂੰ ਅਗਲੇ 2 ਹਫ਼ਤੇ ਜਾਂ 3 ਹਫ਼ਤੇ ਮਿਲਣ 2 ਹਫ਼ਤੇ ਤੇ 3 ਹਫ਼ਤੇ ਵਿੱਚ ਬੇਟਾ 1600 ਮੀਟਰ ਰੇਸ ਜਿੰਨਾ ਸਟੈਮੀਨਾ ਨਹੀਂ ਬਣਦਾ ਨਾ ਹੀ ਤੁਹਾਡੇ ਵਿੱਚ 19 ਮਤਲਬ ਕਿ ਤਿੱਬਰਤਾ ਹੈਗੇ ਵੀ ਤੁਸੀਂ ਮਤਲਬ ਕਹਿੰਦਾ ਪਾ ਦੋ ਹਫ਼ਤਿਆਂ ਵਿੱਚ ਆਪਦੇ ਆਪ ਨੂੰ ਕਿਹੜਾ ਕਰ ਲਵੋ ਸੋ ਜਿਹੜੇ ਪੁਰਾਣੇ ਐਥਲੀਟ ਆ ਉਹਨਾਂ ਨੂੰ ਪੁੱਛ ਕੇ ਵੇਖਿਓ 1600 ਮੀਟਰ 4.5 ਮਿੰਟ ਚ ਕੱਟਣੀ ਕਿੰਨਾ ਮੁਸ਼ਕਲ ਟਾਸਕ ਹੁੰਦਾ ਹੈ। ਸੋ ਦੂਸਰੀ ਗੱਲ ਹੈ ਦੋਸਤੋ ਜਿਹੜੇ ਮੇਰੇ ਭਣਪਰਾ ਹੁਣ ਦੇਖੋ ਤੁਸੀਂ ਗਰਾਊਂਡਾਂ ਵਿੱਚ ਉਤਰੇ ਹੋਇਓ ਜਿਹੜੇ ਐਥਲੀਟ ਹੈ ਜਾਂ ਜਿਹੜੇ ਨੇ ਆਰਮੀ ਦੀ ਤਿਆਰੀ ਕਰਦੇ ਆ ਜਾਂ ਫਿਰ ਜਿਹੜੇ ਵੈਸੇ ਹੀ ਰਨਿੰਗ ਕਰਦੇ ਉਹ ਬੱਚੇ ਕਰੈਕਟ ਤਾਂ ਜ਼ਰੂਰ ਕਰ ਜਾਂਦੇ ਆ। ਜਿਹੜੇ ਬੱਚੇ ਆਪਣੇ ਵਰਗੇ ਨਾਰਮਲ ਘਰਾਂ ਵਿੱਚ ਰਹਿੰਦੇ ਆ ਉਹ ਸਿਰਫ ਪੇਪਰ ਦੇ ਆਉਣ ਤੇ ਹੀ ਤਿਆਰੀ ਕਰਦੇ ਉਹ ਮੁਸ਼ਕਲ ਹੋ ਜਾਂਦਾ ਉਹਨਾਂ ਲਈ। ਇਸੇ ਕਰਕੇ ਕਿੰਨਾ ਬੱਚੇ ਹੁਣ ਤੋਂ ਸ਼ੁਰੂ ਕਰ ਦਵੋ। ਪ੍ਰਮਾਤਮਾ ਦਾ ਕੁਝ ਨਹੀਂ ਪਤਾ ਠੀਕ ਹੈ ਜੀ ਕਰੋ ਤਿਆਰੀ ਆਪਣੀ ਗਰਾਊਂਡਾਂ ਵਿੱਚ ਉਤਰੋ ਤੇ ਚੰਗੀ ਖਰਾਕ ਖਾਓ ਤੇ ਐਂ ਸੋਚੋ ਵੀ ਸਾਡਾ ਪੋਜ਼ਿਟਿਵ ਹੈ ਸਾਡਾ ਰਿਜ਼ਲਟ ਆਵੇਗਾ ਹੀ ਆਵੇਗਾ ਜ਼ਰੂਰ ਆਵੇਗਾ ਦੋਸਤੋ ਤੇ ਬਾਕੀ ਕੱਟ-ਆਫ ਜੀ ਜਿਹੜੀ ਮੈਂ ਵੀਡੀਓ ਪਾਈ ਹੈ ਅੱਜ ਹੀ ਪਾਈ ਹੈ ਠੀਕ ਹੈ ਉਹ ਤੁਸੀਂ ਜ਼ਰੂਰ ਚੈੱਕ ਕਰਿਓ ਇਸ ਇਸ ਵੀਡੀਓ ਤੋਂ ਬਾਅਦ ਤਾਂ ਕਿ ਤੁਹਾਨੂੰ ਵੀ ਪਤਾ ਲੱਗ ਜਾਵੇ ਅਸੀਂ ਕਿੰਨੇ ਕੁ ਪਾਣੀ ਵਿੱਚ ਹੈਗੇ ਆ ਸਾਡੀ ਕਿੰਨੀ ਕਟੋ ਫਾ ਸਕਦੀ ਹੈ ਬਾਕੀ ਦੋਸਤੋ ਸਾਰਾ ਗਰਾਊਂਡ ਦੇ ਵਿੱਚ ਜਿਹੜਾ ਹੈਗਾ ਇਹ ਡਿਫੈਂਸ ਦੀਆਂ ਜਿੰਨੀਆਂ ਫੋਰਸ ਦੀਆਂ ਜਿਹੜੀਆਂ ਵੀ ਸਰਵਿਸੇਸ ਆਉਂਦੀਆਂ ਇਹਨਾਂ ਵਿੱਚ ਫਿਜ਼ੀਕਲੀ ਫਿਟ ਮੇਨ ਇੰਪੋਰਟੈਂਸ ਹੁੰਦੀ ਹੈ ਬਾਕੀ ਕੱਦ ਕਾਠ ਜਿਹੜੇ ਮੇਰੇ ਭੈਣ ਭਰਾਵਾਂ ਦਾ ਪ੍ਰੋਬਲਮ ਹੈਗੀ ਉਹਨਾਂ ਨੂੰ ਮੈਂ ਅਗਲੀ ਵੀਡੀਓ ਵਿੱਚ ਦੱਸੂਗਾ ਵੀ ਕੀ ਚੀਜ਼ ਚੱਲਦੀ ਹੈ ਜਦੋਂ ਟ੍ਰਾਇਲ ਹੁੰਦੇ ਆ ਜੇ ਕੱਦ ਕਾਠ ਛੋਟਾ ਵੀ ਹੈ ਤਾਂ ਵੀ ਤੁਸੀਂ ਕੁਆਲੀਫਾਈ ਹੋ ਸਕਦੇ ਹੋ ਉਹ ਕਿਵੇਂ ਹੋਵੋਗੇ ਉਹ ਤੁਹਾਨੂੰ ਅਗਲੀ ਵੀਡੀਓ ਵਿੱਚ ਦੱਸੂਗਾ ਇੱਕ ਵਾਰੀ ਜ਼ਰ ਕਰੀਓ ਦਬਕੇ ਸਬਸਕ੍ਰਾਈਬ ਕਰਿਓ ਜੇਕਰ ਤੁਸੀਂ ਨਵੇਂ ਆਏ ਹੋ ਬੈਲ ਆਈਕਨ ਪ੍ਰੈਸ ਕਰਨਾ ਨਾ ਭੁੱਲਿਓ ਧੰਨਵਾਦ ਤੇ ਜੈ ਹਿੰਦ